ਨਹੀਂ ਮੈਨੂੰ ਪਤਾ ਹੈ ਜੈ ਹਿੰਦ ਬੇਟਾ ਜੈ ਹਿੰਦ ਜੈ ਹਿੰਦ ਤੇਰੀ ਬਾਂਹ ਤੇ ਪਲਸਤਰ ਹੋਇਆ ਸਰ ਜੈ ਹਿੰਦ ਵਾਹ ਦੇਖ ਆਪ ਯਾਦ ਕਰਾਉਣਾ ਪੈਂਦਾ ਕਿੱਥੇ ਜਾਈਏ ਕਿੱਥੇ ਜਾਈਏ ਵੇ ਸੱਜਣਾ ਤੈਨੂੰ ਦੂਰ ਛੱਡ ਕੇ ਕਿੱਥੇ ਜਾਈ ਬੇਟਾ ਵਾਹ ਤੇਰੇ ਤਾਏ ਨੇ ਕਰਨਾ ਸਰਹੰਦ ਵਾਲੇ ਨੇ ਸਰ ਬਾਏ ਤਾਂ ਕਿਹੜੀ ਗੱਲ ਬਾਏ ਨਹੀਂ ਕਰਨੀ ਹਾਂਜੀ ਸਰ ਵਾਹ ਕਿੰਨੇ ਕਰਨਾ ਹੈ ਅੱਛਾ ਅੱਜ ਸਰ ਹਾਂ ਵਾਏ ਵਾਏ ਹਾਂ ਉਹ ਵਾਏ ਦੀ ਸਕੋਲਾ ਵਰੀ ਡੀ ਵਾਲਾ ਨਹੀਂ ਪੁੱਤਰ ਸਿੰਪਲ ਵਾਹ ਕੀ ਬਾਤ ਹੈ ਸਰ ਅੱਛਾ ਤਾਰੀਫ ਕਰਨੀ ਸਰ ਨਹੀਂ ਹਾਂਜੀ ਸਰ ਕੋਈ ਸ਼ਰੀਫ ਬੰਦਾ ਲਿਆ ਕੇ ਉਹਦੇ ਕੋਲ ਕਰਵਾਉਣੀ ਹੈ ਤਾਰੀਫ ਹੀ ਕਰਨੀ ਹੈ ਇਹਦੇ ਚ ਮੁੱਖੀ ਗੱਲ ਕੀ ਹੈ ਜੇ ਸ਼ਰੀਫ ਆ ਗਿਆ ਉਹ ਤੇ ਬੇਇੱਜ਼ਤੀ ਕਰੂੰਗਾ ਨਾ ਸਰ ਬੇਟਾ ਤੂੰ 2.5 ਮਿੰਟਾਂ ਵਿੱਚ ਹੀ ਖਰਾਬ ਕਰ ਦਿੰਦੇ ਉਨੀ ਦੇਰ ਨੂੰ ਮੈਨੂੰ ਲੈਣ ਭੁੱਲ ਜਾਣੀ ਹੈ ਹਾਂਜੀ ਸਰ ਵਾਹ ਤੇ ਲੈਣ ਕੀ ਸੀ 2.5 ਅੱਖਰ ਪ੍ਰੇਮ ਕੇ ਉਹਨਾਂ ਚ ਮੈਂ ਅੱਧਾ ਚੁੱਕ ਕੇ ਵੀ ਤੇਰੇ ਮੂੰਹ ਤੇ ਮਾਰੇ ਨਾ ਤੇ ਤੇਰਾ ਮੂੰਹ ਇਦਾਂ ਹੋ ਜਾਣਾ ਜਿੱਦਾਂ ਜਦੋਂ ਮੋਟਰਸਾਈਕਲ ਠੀਕ ਨਹੀਂ ਕਰੀਦਾ ਹਾਂਜੀ ਸਰ ਕਰੀਦਾ ਉਹਦਾ ਮੂਰ ਲਿਓ ਜਦੋਂ ਸ਼ੀਸ਼ਾ ਕੱਢ ਲਈਦਾ ਹਾਂਜੀ ਸਰ ਆ ਨਹੀਂ ਲੰਮਕ ਜਾਂਦਾ ਸ਼ੀਸ਼ਾ ਤਾਰ ਦੇ ਨਾਲ ਲੰਮਕ ਜਾਂਦਾ ਸਰ ਬਸ ਪੁੱਤਰ ਅੱਗੇ ਗੱਲ ਦੱਸਣ ਤੈਨੂੰ ਹੈ ਲੋੜ ਸੋਚ ਲੈ ਤੂੰ ਵੀ ਕੁਝ ਸੋਚ ਲੈ ਸਰ ਮੈਂ ਅੱਗੇ ਸੋਚਿਆ ਵੈਸੇ ਨਾ ਸਰ ਰਿਟਾਇਰ ਖੋਤੇ ਰਗਾ ਮੂੰਹ ਤੁਹਾਡਾ ਓਹੋ ਕੀ ਬਾਤ ਹੈ ਵੀ ਕੀ ਬਾਤ ਹੈ ਤੈਨੂੰ ਪਤਾ ਰਿਟਾਇਰ ਹੋ ਕੇ ਤੁਹਾਡੇ ਵੱਲ ਹੀ ਗਿਆ ਸੀ ਇਹ ਨਹੀਂ ਦੱਸਿਆ ਤੈਨੂੰ ਕਿਸੇ ਨੇ ਉਹ ਤੇ ਸਰ ਉਹ ਤੇ ਫਿਰ ਤੇਰੇ ਪਿਓ ਨੇ ਉਹ ਤੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਲਾ ਵੀ ਚੰਗਾ ਕੰਮ ਕੀਤਾ ਤੇਰੇ ਪਿਓ ਨੇ ਅੱਛੀ ਗੱਲ ਹੈ ਮਿਹਨਤ ਕਰਨੀ ਚਾਹੀਦੀ ਹੈ ਇੱਕ ਖੋਤੇ ਨੇ ਘੱਟੋ ਘੱਟ 120 ਇੱਟਾਂ ਹਾਂਜੀ ਸਰ ਤੇ ਖੋਤਾ ਦੇ ਪਿਓ ਨੂੰ ਕਹਿੰਦਾ ਖੋਤਾ ਮੈਂ ਹਾਂ ਕਿ ਤੂੰ ਹੈ ਤੇਰਾ ਦਿਮਾਗ ਨਹੀਂ ਹੈਗਾ ਕੀ ਕਰਨ ਡਿਆ ਤੂੰ ਦੱਸ ਸਾਰਾ ਪੁੱਤਰ ਅੱਧੀ ਗੱਲ ਨਹੀਂ ਦੱਸਣੀ ਕਦੇ ਵੀ ਸੱਚ ਦੱਸਣਾ ਧੀਰੇ ਧੀਰੇ ਬੋਲ ਕੋਈ ਸੁਣਨਾ ਲੈ ਕੋਈ ਸੁਣਨਾ ਲੈ ਧੀਰੇ ਧੀਰੇ ਬੋਲ ਕੋਈ ਕੋਈ ਜੋਰ ਜਵਾਨੀ ਪਰ ਨਹੀਂ ਪਰ ਨਹੀਂ ਕੋਈ ਜੋਰ ਜਵਾਨੀ ਪਰ ਨਹੀਂ ਧੀਰੇ ਧੀਰੇ ਬੋਲ ਕੋਈ ਸੁਣਨਾ ਲੈ ਕੋਈ ਸੁਣਨਾ ਲੈ ਮੈਂ ਤਾਂ ਲਵੀਂਦਰ ਮੈਂ ਗੱਲ ਦੱਸਾਂ ਸਿਰ ਦੋ ਦੱਸੋ ਨਹੀਂ ਪੁੱਤਰ ਮੈਨੂੰ ਪਤਾ ਨਾ ਤੇਰੇ ਤੋਂ ਇੱਕ ਹੀ ਨਹੀਂ ਸਹਿਣ ਹੋਣੀ ਚਲੋ ਸਰ ਅੱਧੀ ਦੱਸ ਦੋ ਫਿਰ ਹੈ ਇੱਕ ਸਹਿਣ ਹੀ ਹੋਣੀ ਫਿਰ ਮੈਂ ਤਾਂ ਅੱਧੀ ਦੱਸ ਦੋ ਫਿਰ ਗੱਲ ਤੁਸੀਂ ਹਾਂ ਇਹ ਵੀ ਗੱਲ ਠੀਕ ਹੈ ਪਰ ਤੇਰੇ ਵਰਗੀ ਅੱਧੀ ਅੱਧੀ ਸੁਣ ਕੇ ਬੇਹੋਸ਼ ਵੀ ਹੋ ਸਕਦੀ ਹੈ ਨਾ ਪੂਰੀ ਜਿੱਦਾਂ ਤੇਰਾ ਕੰਮ ਹੋ ਜਾਣਾ ਸਰ ਇਸੇ ਕਰਕੇ ਤਾਂ ਮੈਂ ਡੰਡਾ ਰੱਖਿਆ ਹੋਇਆ ਕੀ ਰੱਖਿਆ ਹੈ ਡੰਡਾ ਸਰ ਉਹਦੇ ਨਾਲ ਕੀ ਹੋਏਗਾ ਸਰ ਉਹਦੇ ਨਾਲ ਜਦੋਂ ਮੈਂ ਡਿਗਣ ਲੱਗੂੰਗੀ ਬੇਹੋਸ਼ ਹੋ ਕੇ ਡੰਡਾ ਫਿਰ ਮੈਨੂੰ ਸੰਭਾਲ ਲੈਂਦਾ ਓਕੇ ਅੱਛਾ ਮੈਨੂੰ ਲੱਗਾ ਸ਼ਾਇਦ ਜਦੋਂ ਤੂੰ ਬੇਹੋਸ਼ ਹੋ ਜਾਏਂਗੀ ਮੈਨੂੰ ਕਹਿ ਰਹੀ ਹੈ ਸਰ ਕਿ ਉਹ ਤੂੰ ਮੇਰੇ ਸਿਰ 'ਚ ਡੰਡਾ ਮਾਰੇ ਤਾਂ ਮੈਂ ਠੀਕ ਹੋ ਜਾਵਾਂਗੀ ਨਹੀਂ ਸਰ ਇਦਾਂ ਹੋ ਜਾਂਦਾ ਸਮ ਟਾਈਮ ਲੋ ਸੁਖਦੇਵ ਜੀ ਦਾ ਫੋਨ ਆਇਆ ਕੀ ਹਾਲ ਹੈ ਸੁਖਦੇਵ ਜੀ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਹੈ ਤੁਹਾਨੂੰ ਮਤਲਬ ਆਦਤ ਪੈ ਗਈ ਇਸ ਗੱਲ ਦੀ ਅੱਛਾ ਸੀ ਅੱਛਾ ਸੀ ਬਹੁਤ ਵਧੀਆ ਜੀ ਪਰ ਉਹਨੂੰ ਜ਼ਿਆਦਾ ਮਹਿੰਗੇ ਨਹੀਂ ਪਏ ਹੋਣੇ ਕਿਉਂਕਿ ਚੋਣੇ ਦੇ ਕੱਪੜੇ ਆ ਕੇ ਨਹੀਂ ਕੋਣੇ ਐਡੇ ਕਦੇ ਆ ਇੱਕ ਰਮਾਲਾ ਚਾਹ ਅੱਜ ਤੇ ਉਹਦੇ ਤਿੰਨ ਸੂਟ ਨਿਕਲ ਆਉਂਦੇ ਹਾਂਜੀ ਸਰ ਪੱਕਾ ਚੱਲਿਆ ਜੀ ਪੱਕਾ ਚੱਲਿਆ ਤੁਹਾਡਾ ਕਹਿਣਾ ਮੰਨਦਾ ਹੈ ਤੁਹਾਡੇ ਕੋਈ ਬਰਖਲਾਫ ਨਹੀਂ ਬੋਲਿਆ ਨਾ ਉਹਨੇ ਕੋਈ ਹੱਥ ਚੁੱਕਿਆ ਤੁਹਾਡੀ ਪਾਲੀ ਇੱਜ਼ਤ ਕਰਦਾ ਨਹੀਂ ਚੇਲਾ ਤੇ ਪੱਕਾ ਆ ਦੇਖੋ ਪਾਲੀ ਕੀ ਗੱਲ ਤੁਹਾਨੂੰ ਯਾਰ ਕਹਿ ਰਿਹਾ ਤੁਹਾਨੂੰ ਕੋਈ ਕਹਿਣਾ ਨਹੀਂ ਜਾਂਦਾ ਕੋਈ ਤੁਹਾਡੀ ਕੋਈ ਇਨਸਲਟ ਕਰੇ ਪਾਲੀ ਨਹੀਂ ਨਹੀਂ ਚੇਲਾ ਪੱਕਾ ਹੈ ਕੇਲਾ ਵੀ ਹਰ ਰੋਜ਼ ਮੈਨੂੰ ਰਸਤੇ ਰੇੜੀ ਚੋਂ ਲੈ ਕੇ ਦਿੰਦਾ ਕਿ ਪੁੱਤਰ ਜਾਨ ਬਣੇਗੀ ਤੇਰੀ ਜ਼ਿੰਦਗੀ ਦੇ ਵਿੱਚ ਹੋਰ ਤੂੰ ਥੋੜਾ ਜਿਹਾ ਸੈਟ ਪਾਲੀ ਨੂੰ ਭਟੂਰੇ ਖਾਓ ਉਹਨੂੰ ਭਟੂਰੇ ਛੋਲੇ ਵਾ ਵਾ ਭਟੂਰੇ ਛੋਲੇ ਖਵਾਈਏ ਇਹਨੂੰ ਹਾਂਜੀ ਭਟੂਰੇ ਛੋਲੇ ਨਾਲ ਪਿਆਜ ਪਤਲੇ ਪਤਲੇ ਪਿਆਜ ਹੋਣ ਆਏ ਹਾਏ ਹਾਏ ਨਾ ਕਰੋ ਸੁਖਦੇਵ ਜੀ ਤੁਸੀਂ ਇੱਕਦਮ ਹੀ ਇਦਾਂ ਦੀ ਗੱਲ ਕਰਕੇ ਮੇਰੇ ਮੂੰਹ 'ਚ ਪਾਣੀ ਆ ਕੇ ਨਾ ਕਰੋ ਕਈ ਵਾਰੀ ਬੰਦਾ ਪਾਣੀ ਟਿਕਟ ਵੀ ਆਇਆ ਹੁੰਦਾ ਕਰੋ ਆਏ ਉਪਰ ਤੇ ਪਾਲੀ ਮੈਂ ਟਿਕਟ ਮੇਰੀ ਬੁੱਕ ਹੋ ਗਈ ਹੈ 30 ਅਕਤੂਬਰ ਮੇਰੀ ਟਿਕਟ ਬੁੱਕ ਹੋ ਗਈ ਹੈ ਵਾਹ ਵਾਹ ਮੈਂ ਵਾਪਸ ਆਣਾ ਹੈ ਮੋਸਟ ਵੈਲਕਮ ਛੋਲੇ ਕੁਲਚੇ ਜੋ ਮਿਲੇਗਾ ਖਾਈ ਜਾਵਾਂਗੇ ਦੇਖੀ ਮੈਂ ਮੋਸਟ ਵੈਲਕਮ ਔਰ ਸੁਖਦੇਵ ਜੀ ਤੁਹਾਨੂੰ ਮੇਰੇ ਵੱਲੋਂ ਪਾਰਟੀ ਹੋਏਗੀ ਪਾਰਟੀ ਤੁਹਾਨੂੰ ਮੈਂ ਦੇਵਾਂਗਾ ਸਿਰਫ ਪੈਸੇ ਤੁਸੀਂ ਦੇਣੇ ਨਹੀਂ ਛੋਟਾ ਭਰਾ ਪਾਰਟੀ ਲੈ ਕੇ ਆ ਜਾਏਗਾ ਨਾ ਮੇਰਾ ਤਾਂ ਮਤਲਬ ਫਰੀ ਦਾ ਹੁੰਦਾ ਸਰ ਮੈਂ ਤੁਹਾਡਾ ਬਹੁਤ ਛੋਟਾ ਹੈ ਜੀ ਛੋਟਾ ਭਰਾ ਹੈ ਤੁਹਾਡਾ ਮੈਂ ਐਸੀ ਕੋਈ ਗੱਲ ਨਹੀਂ
ਮੇਰੀ ਉਮਰ ਅੱਜ ਕਰਾਂਗਾ ਮੈਂ ਘਰ ਦੇ ਨੂੰ ਕਹਤਾ ਮੈਂ ਕਿਹਾ ਗੱਡੀ ਬੁੱਕ ਹੋਵੇ ਮੈਂ ਪਹਿਲਾਂ ਪਾਲੀ ਜੀ ਮਿਲਣ ਜਾਣਾ ਭਾਵੇਂ ਦੁਨੀਆ ਭਾਵੇਂ ਰਾਤ ਅੱਗੇ ਭਾਵੇਂ 2 ਦਿਨ ਲੱਗੇ ਮੈਂ ਚੰਡੀਗੜ੍ਹ ਪਹੁੰਚ ਕੇ ਤੁਹਾਨੂੰ ਫੋਨ ਕਰ ਦਿਆਂ ਪਾਲੀ ਜੀ ਮੈਂ ਚੰਡੀਗੜ੍ਹ ਪਹੁੰਚ ਗਿਆ ਮੋਸਟ ਵੈਲਕਮ ਔਰ ਤੁਹਾਨੂੰ ਮੈਂ ਰਿਸੀਵ ਕਰਨ ਜ਼ਰੂਰ ਆਵਾਂਗਾ ਔਰ ਸਾਰੇ ਮੇਰੇ ਨਾਲ ਹੋਣਗੇ ਕੋਈ ਐਸੀ ਗੱਲ ਨਹੀਂ ਔਰ ਅਸੀਂ ਵੀ ਤੁਹਾਨੂੰ ਜ਼ਰੂਰ ਮਿਲਾਂਗੇ ਸਾਡਾ ਰੱਬ ਅੱਗੇ ਹੀ ਦੁਆ ਕਰਨਾ ਕਦੀ ਮੇਰੇ ਗਲਤੀ ਹੋ ਜਾਣੀ ਚਲੋ ਮੈਂ ਗੁੱਸੇ ਹੋ ਜਾਣਾ ਫਿਰ ਤੁਹਾਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਨਸਾਨ ਮੈਂ ਤੁਹਾਨੂੰ ਅਰਦਾਸ ਕਰ ਦਿੰਦਾ ਤੁਹਾਡਾ ਪ੍ਰੋਗਰਾਮ ਨਾਲ ਚਾਂਦੀ ਵਾਂਗ ਚਮਕੇ ਤੇ ਸੋਨੇ ਵਾਂਗ ਲਿਸ਼ਕੇ ਬਸ ਤੁਸੀਂ ਇਦਾਂ ਹੀ ਫੋਨ ਕਰਦੇ ਰਹਿਣਾ ਤੇ ਇਦਾਂ ਚਮਕਾਉਂਦੇ ਰਹਿਣਾ ਜੀ ਇਹ ਕੰਮ ਤੇ ਵੈਸੇ ਤੁਹਾਡਾ ਹੀ ਹੈ ਕਿਉਂਕਿ ਜਿੰਨਾ ਤੁਸੀਂ ਮੈਂ ਕਿੰਨਾ ਤੈਨੂੰ ਕਰਦਾ ਮੈਂ ਜ਼ਰੂਰ ਸੁਣਾਵਾਂਗਾ ਪਰ ਇੱਕ ਬੰਦੇ ਨੇ ਐਂਟਰੀ ਖਰਾਬ ਕਰ ਲਈ ਇਸ ਚੱਕਰ 'ਚ ਚਲੋ ਮੈਂ ਜ਼ਰੂਰ ਸੁਣਾਉਂਦਾ ਤੁਹਾਨੂੰ ਮੈਂ ਤੈਨੂੰ ਕਿੰਨਾ ਤੈਨੂੰ ਕਰਾਂਗਾ ਪਿਆਰ ਉਦੋਂ ਦੱਸਾਂਗਾ ਕਦੋਂ ਇੱਕ ਪਾਸੇ ਦਿਲ ਉਦੋਂ ਤੱਕ ਰਹਿਣਾ ਹੀ ਨਹੀਂ ਤੂੰ ਇੱਕ ਪਾਸੇ ਜਾਣ ਰੱਖਾਂਗਾ ਮੈਂ ਕਿੰਨਾ ਤੈਨੂੰ ਕਰਾਂਗਾ ਤੇ ਜਗ੍ਹਾ ਕਿੰਨੀ ਪਿਆਰ ਉਦੋਂ ਦੱਸਾਂਗਾ ਜਦੋਂ ਕਰਾਂਗਾ ਉਦੋਂ ਦੱਸਾਂਗਾ ਨਾ ਇਧਰੋਂ ਸੁਣੋ ਹੁਣ ਜੀ ਮੈਂ ਕਿੰਨਾ ਤੈਨੂੰ ਹੇਟ ਕਰਾਂ ਇਹ ਵੀ ਤੈਨੂੰ ਦੱਸਾਂਗਾ ਇੱਕ ਤੇਰੀ ਤੋਣ ਤੇ ਦੂਜੀ ਕੰਨ ਤੇਰੇ ਤੇ ਰੱਖਾਂਗਾ ਮੈਂ ਕਿੰਨਾ ਤੈਨੂੰ ਹੇਟ ਕਰਦਾ ਕੈਸਾ ਸੀ ਅੱਛਾ ਸੀ ਮਹਿਸੂਸ ਹੋਇਆ ਵਾਹ ਵਾਹ ਕਰਿਆ ਕਰ ਪੁੱਤਰ ਮਹਿਸੂਸ ਤੇਰੀ ਜ਼ਿੰਦਗੀ ਏਦਾਂ ਹੀ ਨਿਕਲਣੀ ਹੈ ਓਰੀਜਨਲ ਚੀਜ਼ਾਂ ਟੱਚ ਕਰਨ ਨੂੰ ਤੈਨੂੰ ਪਤਾ ਨਹੀਂ ਕਦੋਂ ਮਿਲਣੀ ਹੈ ਬੁਰਜ ਖਲੀਫਾ ਦੇਖਿਆ ਕਦੇ ਬੁਰਜ ਬਜ਼ੁਰਗ ਦੇਖੇ ਬੁਰਜ ਨਹੀਂ ਦੇਖੇ ਤੇ ਬਜ਼ੁਰਗ ਖਲੀਫਾ ਕਿਹੜਾ ਹੁੰਦਾ ਹੈ ਦੇਖਿਆ ਨਹੀਂ ਜੀ ਦਿਖਾਵਾਂਗਾ ਪੁੱਤਰ ਪਰ ਡਿੱਗੀ ਨਾ ਪਿੱਛੇ ਨੂੰ ਬਹੁਤਾ ਉੱਚਾਈ ਉਹ ਬਾਰੀ ਬਾਜੀ ਕਰਨ ਗਈ ਸੀ ਬਾਰੀ ਬਾਜੀ ਕਰਨ ਗਈ ਸੀ ਜਦੋਂ ਕੱਟਣ ਗਈ ਨਾ ਸਰ ਉਦੋਂ ਦੇਖੀ ਮੈਂ ਗਰਲਫ੍ਰੈਂਡ ਜੀ ਉਹਨੇ ਦੀ ਸੋਹਣੀ ਦੀ ਗਰਲਫ੍ਰੈਂਡ ਸਰ ਬੋਲੀ ਵਾਸਤੇ ਮੈਂ ਕਿਸੇ ਨੂੰ ਵੀ ਕਿਤੇ ਵੀ ਲੈ ਜਾ ਸਕਦੀ ਹਾਂ ਸੋਹਣੀ ਜੀ ਵੈਸੇ ਦੱਸਤਾ ਦੇ ਆਹੋ ਇਹ ਤਾਂ ਦੱਸ ਦਿਓ ਹੋ ਸਕਦਾ ਉਹਨੇ ਸੁਪਨੇ 'ਚ ਵਿਚਾਰੀ ਨੂੰ ਨਾਲ ਗੱਲਾਂ ਗੁੱਲਾਂ ਕਰ ਲਵੇ ਸਰ ਉਹਦੇ ਵੀ ਜੇਬੀ 'ਚ ਹੱਥ ਨਹੀਂ ਪੈਂਦੇ ਮੇਰੀਆਂ ਤਾਂ ਜੇਬੀਆਂ ਹੀ ਨਹੀਂ ਜੀ ਮਰ ਜਾਣਾ ਜੇ ਹੋਵੇ ਤੇ ਕਿਹੜਾ ਪੈ ਜੇ ਮੇਰੀ ਤਾਂ ਜੇਬੀ ਨਹੀਂ ਹੈ ਪੁੱਤਰ ਤੂੰ ਸਿਕਸ ਪਾਕਟ ਪੈਂਟ ਲੈ ਲੈਣਾ ਤੂੰ ਕਦੀ ਵੀ ਇਧਰ ਗੋਡਿਆਂ ਵਾਲੇ ਪਾਸੇ ਪੈਸੇ ਪਾ ਕੇ ਤੇ ਤੂੰ ਸਾਰੀ ਜ਼ਿੰਦਗੀ ਪਛਤਾਉਂਦਾ ਰਹੇਗਾ ਨਾ ਤੇਰੇ ਤੋਂ ਥੱਲੇ ਹੋਇਆ ਜਾਣਾ ਨਾ ਪੈਸੇ ਨਿਕਲਨੇ ਸਿਰ ਕਿਸੇ ਦਾ ਸਾਰੀ ਉਹ ਤੋਂ ਸਿਰ ਕਿਸੇ ਦਾ ਫੋਨ ਆ ਜਾਵੇ ਤੇ ਜੇਬੀ 'ਚ ਹੱਥ ਪੈ ਕੇ ਇਹ ਨਹੀਂ ਪਤਾ ਲੱਗਦਾ ਫੋਨ ਹੈਗਾ ਕਿ ਨਹੀਂ ਓਏ ਹੋਏ ਤੇ ਇੰਨੇ ਲੰਬੇ ਜੇਬੇ ਵਾਲੀ ਪੈਂਟ ਲੈ ਕੇ ਲੈਂਦੇ ਪੁੱਤਰ ਤੁਸੀਂ ਬਾਅਦ ਔਖੇ ਕਿਉਂ ਹੁੰਦੇ ਤੁਸੀਂ ਆਉਂਦੀ ਇੰਨੇ ਸਾਈਜ਼ ਦੀ ਹੈ ਜੀ ਵਾਹ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਪਹਿਲੀ ਵਾਰ ਦੇ ਵਿੱਚ ਤੁਸੀਂ ਅੱਜ ਪਹਿਲੀ ਵਾਰੀ ਕਾਲ ਕੀਤੀ ਤੇ ਸ਼ੋ ਦੇਖਦੇ ਵੈਸੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਘੱਟੋ ਘੱਟ 2 ਸਾਲ ਹੋ ਗਏ ਹੁਣ ਮਤਲਬ ਕਿ ਪ੍ਰੋਗਰਾਮ ਦੇਖਦੇ ਆ ਪਰ ਮੈਨੂੰ ਇੰਨਾ ਚੰਗਾ ਲੱਗਦਾ ਮੈਂ ਰਾਤ ਨੂੰ 11 ਵਜੇ ਵੀ ਤੁਹਾਡਾ ਪ੍ਰੋਗਰਾਮ 10 ਵਜੇ ਤੋਂ 11 ਵਜੇ ਤੱਕ ਅਮਰੀਕਾ 'ਚ ਬੋਲਦੀ ਹਾਂ ਮੈਂ ਤੇ ਮੈਂ ਪ੍ਰੋਗਰਾਮ ਤੁਹਾਡਾ ਦੇਖ ਕੇ ਐਨ ਹੱਸ ਹੁੱਸ ਕੇ ਆਪਣਾ ਬਹੁਤ ਵਧੀਆ ਲੱਗਦਾ ਮੈਨੂੰ ਮਤਲਬ ਇੰਨੀ ਦੇਰ ਬਾਅਦ ਕਿਉਂ ਦਿਲ ਕੀਤਾ ਫੋਨ ਕਰਨ ਦਾ ਅਸੀਂ ਕੀ ਮਤਲਬ ਸਾਡੇ 'ਚ ਕਿਸੇ ਦੀ ਸ਼ਕਲ ਨਹੀਂ ਚੰਗੀ ਲੱਗੀ ਤੁਹਾਨੂੰ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਕਿੰਨੇ ਕਿਹੜਾ ਨੰਬਰ ਆ ਵੀ ਇੰਡੀਆ ਦਾ ਆ ਕਿ ਇੱਥੇ ਦਾ ਆ ਮੈਂ ਕੱਲ ਕਰਿਆ ਹੈਗਾ ਆ ਪਰ ਮੇਰਾ ਤੁਸੀਂ ਕਿਥੋਂ ਬੋਲਦੇ ਜੀ ਦੱਸਿਆ ਉਹਨਾਂ ਨੇ ਅਮਰੀਕਾ ਦਾ ਤੈਨੂੰ ਵੱਖਰਾ ਨਕਸ਼ਾ ਦੇਣ ਹੁਣ ਥਕਾਵਟ ਦੂਰ ਹੋ ਜਾਂਦੀ ਹੈ ਸਾਰੇ ਦਿਨ ਦੀ ਕੰਮ ਤੋਂ ਥੱਕੇ ਹੋਏ ਹੁੰਦੇ ਆ ਤੇ ਥਕਾਵਟ ਦੂਰ ਹੋ ਜਾਂਦੀ ਸ਼ੁਕਰੀਆ ਸ਼ੁਕਰੀਆ ਬਸ ਅਸੀਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਨੂੰ ਪਿਆਰ ਤੁਸੀਂ ਦਿੰਦੇ ਹੋ
ਤੇ ਬਸ ਅਸੀਂ ਇਦਾਂ ਹੀ ਤਰਬਰ ਤਿਆਰ ਰਹਿੰਦੇ ਹਾਂ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਸ਼ੁਕਰੀਆ, ਹੁਣ ਤੁਸੀਂ ਫੋਨ ਕੀਤਾ ਤੇ ਜੁੜੇ ਰਹਿਣਾ ਸ਼ੋਅ ਦੇ ਨਾਲ, ਪਿਆਰ ਦਿੰਦੇ ਰਹਿਣਾ, ਸਪੋਰਟ ਕਰਦੇ ਰਹਿਣਾ ਸ਼ੋਅ ਨੂੰ, ਠੀਕ ਹੈ ਜੀ? ਓਕੇ ਓਕੇ ਜੀ, ਰੋਜ਼ ਫੋਨ ਕਰਿਆ ਕਰੂੰਗੀ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ। ਨਵੇਂ ਕਾਲਰ ਸਰਪ੍ਰਾਈਜ਼ ਹੀ ਦਿੰਦੇ ਆ ਸਾਨੂੰ ਬੇਟਾ, ਸਰਪ੍ਰਾਈਜ਼ ਹੀ ਮਿਲਣਾ ਜੀ। ਤੇਰੇ ਵਰਗੇ ਨੇ ਜ਼ਿੰਦਗੀ 'ਚ ਕਦੀ ਪ੍ਰਾਈਜ਼ ਨਹੀਂ ਜਿੱਤਿਆ ਹੋਇਆ, ਉਹਨਾਂ ਨੂੰ ਸਰਪ੍ਰਾਈਜ਼ ਨਾਲ ਹੀ ਸਾਰਨਾ ਪੈਂਦਾ। ਐਵੇਂ ਤਾਂ ਬਹੁਤ ਕਾਲਰ ਹੋਣੇ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਕੂਲ ਹੀ ਨਹੀਂ ਕੀਤੀ ਹੋਣੀ। ਬਹੁਤ ਸਾਰੇ ਬੇਟਾ, ਬਹੁਤ ਸਾਰੇ, ਮਤਲਬ ਕਿੰਨੇ ਲੋਕ ਨੇ ਜਿਹੜੇ ਸਾਡਾ ਸ਼ੋਅ ਦੇਖਦੇ ਨੇ, ਪਰ ਕਈਆਂ ਦੀ ਕਾਲ ਲੱਗਦੀ ਨਹੀਂ, ਕਈ ਕਾਲ ਕਰਦੇ ਨੇ, ਕਈ ਲੜ ਪੈ, ਕਈ ਫੋਨ ਕਰਕੇ ਕਹਿੰਦੇ ਸਾਡਾ ਚੁੱਕਦੇ ਨਹੀਂ, ਹੈ ਨਾ, ਕਈ ਵਾਰੀ ਸਾਡੇ ਕੋਲ ਮਿਸ ਹੋ ਜਾਂਦੇ ਆ। ਸੋ ਬਹੁਤ ਸਾਰੇ ਲੋਕ ਦੇਖਦੇ, ਪਰ ਕੋਈ ਨਹੀਂ, ਆਪਾਂ ਨੂੰ ਇਹ ਸਾਡਾ ਜਿਹੜਾ ਮੇਨ ਏਮ ਆ ਉਹ ਅਸੀਂ ਕਲੀਅਰ ਰੱਖਣਾ ਕਿ ਅਸੀਂ ਲੋਕਾਂ ਨੂੰ ਹਸਾਉਣਾ, ਲੋਕਾਂ ਦੇ ਚਿਹਰੇ ਤੇ ਸਮਾਈਲ ਲੈ ਕੇ ਆਉਣੀ ਆ, ਔਰ ਜੇ ਤੂੰ ਦੁਬਾਰਾ ਇਦਾਂ ਕੀਤਾ ਤਾਂ ਮੈਂ ਪਿੱਛੋਂ ਲਿਆ ਕੇ ਲੱਫੜ ਮਾਰਨਾ ਤੇਰੇ। ਆਵਲਾ ਇਹ ਵੀ ਕਹਿਣ ਦਾ ਲਿਆਉਣੀ ਆ ਸਮਾਈਲ, ਮੰਦਰ ਆ ਮੇਰੀ ਸਾਂਗ ਲਾਣ ਦੇ, ਸਿੱਧੀ ਕੁਛ ਕਰਦਾ ਪਿਆ, ਸਾਂਗ ਨਹੀਂ ਮਗਰ ਸਮਾਈਲ, ਉਹਦੀ ਕੁਛ ਸਿਰ ਕਰਦਾ ਪਿਆ, ਅੱਗ ਲਾਉਂਦੀ ਆ ਜੀ, ਹੈ ਮਤਲਬ ਜਣਾ ਮੈਂ ਤੀਲੀ ਪੁੱਤਰ, ਤੇਲ ਦੀ ਪੀਪੀ ਵਰਗਾ ਮੂੰਹ ਤੇ ਅੱਗ ਹੀ ਲਾਉਗੀ, ਤੂੰ ਕੀ ਐਕਸਪੈਕਟ ਕਰਨ ਦੇ ਹੋ ਤੂੰ।